ਕਣਕ ਲਾ ਲਓ ਸਿਰਾਂ ਤੇ, ਕੰਜਕ ਲਾ ਲਓ, ਪੋਤੀਆਂ ਰੱਖ ਲਓ। ਸ਼ਰਮ ਕਰੋ ਯਾਰ, ਛੋਟੇ ਛੋਟੇ ਜਵਾਕਾਂ ਤੇ ਰੰਗ ਪਾਈ ਜਾਂਦੇ ਹੋ ਤੁਸੀਂ। ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਕੋਈ ਵਿਚਾਰਾ ਬਜ਼ੁਰਗ ਤੁਰਿਆ ਜਾਂਦਾ, ਜਿਹੜੇ ਸਾਈਡ ਤੇ ਤੁਰੇ ਜਾਂਦੇ ਤੁਸੀਂ ਉਹਨਾਂ ਦੇ ਵੀ ਧੱਕੇ ਨਾਲ ਰੰਗ ਥੋਕੀ ਜਾਂਦੇ ਹੋ। ਰੋਕੇ ਅਸੀਂ ਸਾਡੇ ਗੁਰੂ ਨੇ ਇਹਨਾਂ ਚੀਜ਼ਾਂ ਤੋਂ। ਆ ਪੀਣੀਆਂ ਦਸਤਾਰਾਂ ਮੰਨ ਕੇ ਕੋਈ ਸਿੱਖ ਨੀ ਸੱਜ ਜਾਂਦਾ, ਜਿਵੇਂ ਤੁਸੀਂ ਯਾਰ ਬੰਨੀ ਫਿਰਦੇ ਹੋ ਉੱਪਰ ਰੰਗ ਠੋਕੀ ਜਾਂਦੇ ਹੋ। ਇੱਧਰੋਂ ਗੱਡੀ ਆਉਂਦੀ ਆ, ਉੱਧਰੋਂ ਗੱਡੀ ਆਉਂਦੀ ਆ, ਇੱਧਰੋਂ ਟਰਾਲੀ ਆਉਂਦੀ ਆ, ਇੱਕ ਦੂਜੇ ਦੇ ਉੱਪਰ ਰੰਗ ਤੇ ਰੰਗ, ਫੇਰ ਰੰਗ ਤੇ ਰੰਗ। ਤੁਸੀਂ ਛੋਟਾ ਜਿਹਾ ਜਵਾਕ ਬਿਠਾਇਆ ਗੋਦੀ ਦੀ, ਯਾਰ ਕੀ ਸਿੱਖਿਆ ਦੇ ਰਹੇ ਹੋ ਤੁਸੀਂ ਉਹਨੂੰ? ਜਿੰਨਾ ਚੀਜ਼ਾਂ ਤੋਂ ਰੋਕਿਆ ਯਾਰ, ਉਹ ਕਰਨ ਲੱਗੇ ਹੋਏ ਆ ਅਸੀਂ ਦੱਸ ਲੈਣ ਤੇ ਯਾਰ, ਉਹ ਗੁਰੂ ਦੀ ਨਗਰੀ ਜਾ ਕੇ ਉਹ ਕੁਛ ਕਰੀ ਜਾਂਦੇ, ਕੀ ਕਰੋਗੇ ਤੁਸੀਂ? ਲਾਣ ਤਾਂ ਯਾਰ ਦਮਾਲੇ ਸਿਰਾਂ ਤੇ ਬੰਨੇ ਨੇ ਤੁਸੀਂ, ਦਸਤਾਰਾ ਸਜਾਈਆਂ ਕਿਰਪਾਨਾਂ ਉੱਪਰ ਦੀ ਪਾਈਆਂ ਨੇ, ਕੀ ਜਲੂਸ ਕੱਢੀ ਜਾਂਦੇ ਹੋ ਯਾਰ ਤੁਸੀਂ ਆਪਦਾ? ਜਿਹੜੀ ਚੀਜ਼ ਤੋਂ ਸਾਨੂੰ ਰੋਕਿਆ ਹੋਈ ਪਰ ਤੁਸੀਂ ਕਰੀ ਜਾਂਦੇ ਹੋ। ਤਰਲਾ ਯਾਰ ਬੇਨਤੀ ਹੈ ਤੁਹਾਡੇ ਅੱਗੇ, ਸ਼ਰਮ ਕਰ, ਕਿਹੜਾ ਮੁੱਲ ਛਕਿਆ ਯਾਰ ਕਿਰਪਾਨ ਉੱਪਰ ਦੀ ਪਾਈ ਹੈ, ਸ਼ਰਮ ਕਰ ਮਾੜੀ ਮੋਟੀ, ਇਤਿਹਾਸ ਪੜ੍ਹਨਾ। ਉਹ ਭਰਾ ਮੇਰਿਆ ਇਤਿਹਾਸ ਪੜ੍ਹਨਾ। ਕੇਸਗੜ੍ਹ ਸਾਹਿਬ ਜਥੇਦਾਰ ਕਿੰਨੇ ਹੋ ਕੇ ਚਲੇ ਗਏ ਨੇ, ਕਹਿੰਦੇ ਇੱਕ ਵੀ ਕਿਸੇ ਨੇ ਬਿਆਨ ਨਹੀਂ ਦਿੱਤਾ ਵੀ ਇਸ ਵਾਰ ਰੰਗਾਂ ਨਾਲ ਜਿਹੜੀ ਆ ਹੋਲੀ ਨਹੀਂ ਖੇਡੀ ਜਾਊਗੀ, ਹੋਲਾ ਮਹੱਲਾ ਰੰਗਾਂ ਦੇ ਨਾਲ ਨਹੀਂ ਆਊਗਾ, ਕਦੇ ਜਥੇਦਾਰ ਨਹੀਂ ਬੋਲਿਆ ਕੋਈ। ਕਈ ਜਥੇਦਾਰ ਹੋ ਕੇ ਚਲੇ ਗਏ, ਮਰ ਗਏ, ਮਰਿਆ ਹੋਇਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਥੇਦਾਰਾਂ ਦੀਆਂ ਉੱਥੇ ਚੜ੍ਹਾਈਆਂ ਤੇ, ਕਦੇ ਕੋਈ ਜਥੇਦਾਰ ਨਹੀਂ ਬੋਲਿਆ ਇੱਥੇ ਦਾ ਕੇਸਗੜ੍ਹ ਸਾਹਿਬ ਦਾ ਵੀ ਇਸ ਵਾਰ ਜਿਹੜਾ ਹੋਲਾ ਮਹੱਲਾ ਆਊਗਾ ਰੰਗਾਂ ਦੇ ਨਾਲ ਨਹੀਂ ਮਨਾਇਆ ਜਾਊਗਾ, ਪਰ ਲੱਗੇ ਹੋਏ ਨੇ। ਕੌਣ ਸਮਝਾਵੇ ਯਾਰ ਇਹਨਾਂ ਨੂੰ? ਲੋ ਤਿਲਕ ਲਾ ਲਓ ਸਿਰਾਂ ਤੇ, ਕੰਜਕ ਲਾ ਲਓ, ਪੋਤੀਆਂ ਰੱਖ ਲਓ। ਸ਼ਰਮ ਕਰੋ ਯਾਰ, ਛੋਟੇ ਛੋਟੇ ਜਵਾਕਾਂ ਤੇ ਰੰਗ ਪਾਈ ਜਾਂਦੇ ਹੋ ਤੁਸੀਂ। ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਕੋਈ ਵਿਚਾਰਾ ਬਜ਼ੁਰਗ ਤੁਰਿਆ ਜਾਂਦਾ, ਜਿਹੜੇ ਸਾਈਡ ਤੇ ਤੁਰੇ ਜਾਂਦੇ ਤੁਸੀਂ ਉਹਨਾਂ ਦੇ ਵੀ ਧੱਕੇ ਨਾਲ ਰੰਗ ਥੋਕੀ ਜਾਂਦੇ ਹੋ। ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬੂਨਾ ਪੱਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਰੋਕੇ ਅਸੀਂ ਸਾਡੇ ਗੁਰੂ ਨੇ ਇਹਨਾਂ ਚੀਜ਼ਾਂ ਤੋਂ। ਆ ਪੀਣੀਆਂ ਦਸਤਾਰਾਂ ਮੰਨ ਕੇ ਕੋਈ ਸਿੱਖ ਨੀ ਸੱਜ ਜਾਂਦਾ, ਜਿਵੇਂ ਤੁਸੀਂ ਯਾਰ ਬੰਨੀ ਫਿਰਦੇ ਹੋ ਉੱਪਰ ਰੰਗ ਠੋਕੀ ਜਾਂਦੇ ਹੋ। ਇੱਧਰੋਂ ਗੱਡੀ ਆਉਂਦੀ ਆ, ਉੱਧਰੋਂ ਗੱਡੀ ਆਉਂਦੀ ਆ, ਇੱਧਰੋਂ ਟਰਾਲੀ ਆਉਂਦੀ ਆ, ਇੱਕ ਦੂਜੇ ਦੇ ਉੱਪਰ ਰੰਗ ਤੇ ਰੰਗ, ਫੇਰ ਰੰਗ ਤੇ ਰੰਗ। ਤੁਸੀਂ ਛੋਟਾ ਜਿਹਾ ਜਵਾਕ ਬਿਠਾਇਆ ਗੋਦੀ ਦੀ, ਯਾਰ ਕੀ ਸਿੱਖਿਆ ਦੇ ਰਹੇ ਹੋ ਤੁਸੀਂ ਉਹਨੂੰ? ਜੇ ਕੱਲ ਨੂੰ ਕੋਈ ਪ੍ਰੋਬਲਮ ਆ ਜਾਏ, ਕੋਈ ਗੱਲ ਕਰ ਜਾਵੇ, ਫਿਰ ਤੁਸੀਂ ਚੀਕਾਂ ਮਾਰਦੇ ਸਾਡੇ ਜਵਾਕ ਨਾਲ ਇੱਦਾਂ ਹੋ ਗਿਆ। ਸ਼ਰਮ ਕਰੋ ਯਾਰ, ਅਸੀਂ ਸਮੂਹ ਤੋਂ ਨਹੀਂ ਕਿਸੇ ਬੰਦੇ ਸਾਨੂੰ ਰੋਕਦੇ, ਸਾਡੇ ਧਿਆਨ ਨਹੀਂ, ਕੋਈ ਫਿਰ ਵੀ ਚੀਕਾਂ ਮਾਰੀ ਜਾਂਦੇ ਹੋ। ਸ਼ਰਮ ਕਰੋ ਯਾਰ, ਸਾਡਾ ਤਿਉਹਾਰ ਨਹੀਂ ਸੀ ਇਹ, ਸਾਡਾ ਤਿਉਹਾਰ ਨਹੀਂ ਸੀ ਜਿਹੜੇ ਤੁਸੀਂ ਲੱਗੇ ਹੋਏ ਹੋ ਨਾ, ਇਹ ਸਾਡਾ ਤਿਉਹਾਰ ਨਹੀਂ ਸੀ। ਤੁਸੀਂ ਸਿਰਾਂ ਤੇ ਦਮਾਲੇ ਸਜਾ ਸਜਾ ਕੇ ਲੱਗੇ ਹੋਏ ਹੋ ਯਾਰ, ਧੱਕੇ ਨਾਲ ਰੰਗ ਪਾਈ ਜਾਂਦੇ ਹੋ ਯਾਰ, ਕੋਈ ਸਾਈਡ ਤੇ ਤੁਰਿਆ ਜਾਂਦਾ, ਭੈਣ ਤੁਰੀ ਜਾਂਦੀ ਆ, ਮਾਂ ਤੁਰੀ ਜਾਂਦੀ ਆ, ਤੁਸੀਂ ਉਹਦੇ ਉੱਪਰ ਰੰਗ ਮਾਰੀ ਜਾਂਦੇ ਹੋ। ਸ਼ਰਮ ਕਰੋ ਯਾਰ ਮਾੜੀ ਮੋਟੀ। ਉਹ ਨੈਣਾ ਦੇਵੀ ਚਲੇ ਜਾਓ, ਨੈਣਾ ਦੇਵੀ ਉੱਥੇ ਜਾ ਕੇ ਪਾਓ, ਨੈਣਾ ਦੇਵੀ ਵਗ ਜਾਓ। ਪੋਤੀਆਂ ਰੱਖ ਲਓ, ਪੋਤੀਆਂ ਸਿਰਾਂ ਦੇ ਉੱਪਰ ਤਿਲਕ ਲਾ ਲਓ। ਜਿਨ੍ਹਾਂ ਦਾ ਤਿਉਹਾਰ ਸੀ ਉਹਨਾਂ ਦਾ ਮਨਾਓ, ਜਾ ਕੇ ਨੈਣਾ ਦੇਵੀ ਚੜ੍ਹ ਜਾਓ ਸਿੱਧਾ ਹੀ ਤਾਂ ਨੂੰ। ਤਰਲਾ ਯਾਰ ਬੇਨਤੀ ਹੈ ਤੁਹਾਡੇ ਅੱਗੇ, ਸ਼ਰਮ ਕਰ, ਕਿਹੜਾ ਮੁੱਲ ਛਕਿਆ ਯਾਰ ਕਿਰਪਾਨ ਉੱਪਰ ਦੀ ਪਾਈ ਹੈ, ਸ਼ਰਮ ਕਰ ਮਾੜੀ ਮੋਟੀ, ਇਤਿਹਾਸ ਪੜ੍ਹਨਾ। ਉਹ ਭਰਾ ਮੇਰਿਆ ਇਤਿਹਾਸ ਪੜ੍ਹਨਾ। ਸਾਹਿਬ ਜੀ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਯਾਰ ਆ ਰੰਗਾਂ ਤੋਂ ਕੱਢ ਕੇ ਸ਼ਾਸਤਰ ਵਿਦਿਆ ਵੱਲ ਤੋਰਿਆ ਸੀ ਸਾਨੂੰ, ਅਸੀਂ ਗੁਰਬਾਣੀ ਨਾਲ ਜੋੜਨਾ ਸੀ, ਘੋੜ ਸਵਾਰੀ ਹੋਰ ਚੀਜ਼ਾਂ ਚੱਜ ਦੀਆਂ ਸਿੱਖਣੀਆਂ ਸੀ ਯਾਰ, ਕਿਧਰ ਨੂੰ ਤੁਰੇ ਹੋਏ ਆ? ਜਿੰਨਾ ਚੀਜ਼ਾਂ ਤੋਂ ਰੋਕਿਆ ਯਾਰ, ਉਹ ਕਰਨ ਲੱਗੇ ਹੋਏ ਆ ਅਸੀਂ ਦੱਸ ਲੈਣ ਤੇ ਯਾਰ, ਉਹ ਗੁਰੂ ਦੀ ਨਗਰੀ ਜਾ ਕੇ ਉਹ ਕੁਛ ਕਰੀ ਜਾਂਦੇ, ਕੀ ਕਰੋਗੇ ਤੁਸੀਂ?
ਲਾੜਤਾ ਯਾਰ ਦਮਾਲੇ ਸਿਰਾਂ ਤੇ ਬੰਨੇ ਨੇ ਤੁਸੀਂ ਦਸਤਾਰਾ ਸਜਾਈਆਂ ਕਿਰਪਾਨਾਂ ਉੱਪਰ ਦੀ ਪਾਈਆਂ ਨੇ ਕੀ ਜਲੂਸ ਕੱਢੀ ਜਾਂਦੇ ਹੋ ਯਾਰ ਤੁਸੀਂ ਆਪਦਾ ਜਿਹੜੀ ਚੀਜ਼ ਤੋਂ ਸਾਨੂੰ ਰੋਕਿਆ ਹੋਈ ਪਰ ਤੁਸੀਂ ਕਰੀ ਜਾਂਦੇ ਹੋ ਆ ਰੰਗਾਂ ਚੋਂ ਕੱਢ ਕੇ ਸਾਨੂੰ ਹੋਲਾ ਮਹੱਲਾ ਦਿੱਤਾ ਸੀ ਉਹ ਨੈਣਾ ਦੇਵੀ ਚਲੇ ਜਾਓ ਯਾਰ ਜੇ ਇਹ ਕੁਛ ਕਰਨਾ ਨਾ ਨੈਣਾ ਦੇਵੀ ਚਲੇ ਜਾਓ ਵੀਰੋ ਉੱਥੇ ਜਾ ਕੇ ਕਰੋ ਇਹ ਕੁਛ ਜਿਨ੍ਹਾਂ ਦਾ ਤਿਉਹਾਰ ਸੀ ਨੈਣਾ ਦੇਵੀ ਚਲੇ ਜਾਓ ਲਾ ਦਿਓ ਸਿਰਾਂ ਤੋਂ ਦਮਾਲੇ ਤਿਲਕ ਲਾ ਲਓ ਜੰਜੂ ਪਾ ਲਓ ਯਾਰ ਤੁਸੀਂ ਸਿਰਾਂ ਕਹਿੰਦੇ ਬੋਲਦਾ ਬੋਲਣਾ ਪੈਂਦਾ ਯਾਰ ਏਦਾਂ ਬੱਚਿਆਂ ਦੇ ਰੰਗ ਪਾਈ ਜਾਂਦੇ ਆ ਯਾਰ ਚੰਗੇ ਪਹਿਲੇ ਬਜ਼ੁਰਗ ਤੁਰੇ ਜਾਂਦੇ ਆ ਕਿਸੇ ਨੂੰ ਸਾਹ ਦੀ ਬਿਮਾਰੀ ਆ ਕਿਸੇ ਨੂੰ ਖੰਘ ਦੀ ਬਿਮਾਰੀ ਆ ਕਿਸੇ ਨੂੰ ਕੋਈ ਪ੍ਰੋਬਲਮ ਕਿਸੇ ਨੂੰ ਕੋਈ ਪ੍ਰੋਬਲਮ ਯਾਰ ਤੁਸੀਂ ਕੈਮੀਕਲ ਦੇ ਰੰਗ ਪਾਈ ਜਾਂਦੇ ਹੋ ਯਾਰ ਉੱਪਰ ਲਾਹਣ ਤੋਂ ਤੁਹਾਡੇ ਤੇ ਸ਼ਰਮ ਕਰੋ ਯਾਰ ਇੱਕ ਦੂਜੇ ਦਾ ਰੰਗ ਪਾਈ ਜਾਂਦੇ ਹੋ ਸ਼ਰਮ ਨੂੰ ਹੱਥ ਮਾਰੋ ਉਹ ਯਾਰ ਗੁਰੂ ਦੀ ਜਗ੍ਹਾ ਦੇ ਉੱਪਰ ਆ ਕੇ ਤੁਸੀਂ ਗੁਰੂ ਦੀ ਹੁਕਮ ਨਹੀਂ ਮੰਨਦੇ ਤੁਸੀਂ ਹੋਰ ਕੀ ਕਰਨਾ ਗੁਰੂ ਦੀ ਜਗ੍ਹਾ ਦੇ ਉੱਪਰ ਆ ਕੇ ਗੁਰੂ ਦੀ ਗੱਲ ਨਹੀਂ ਮੰਨਦੇ ਜਲੂਸ ਬਣਾ ਲਿਆ ਯਾਰ ਤੁਸੀਂ ਦਮਾਲੇ ਰੰਗੀ ਫਿਰਦੇ ਹੋ ਕਿਰਪਾਨਾ ਰੰਗੀ ਫਿਰਦੇ ਹੋ ਗਾਤਰੇ ਰੰਗੀ ਫਿਰਦੇ ਹੋ ਆਪਦੇ ਦਾੜੀਆਂ 'ਚ ਤੁਹਾਡੇ ਰੰਗ ਤੁਰਿਆ ਫਿਰਦਾ ਕਾਹਦੀ ਸਿੱਖੀ ਨਿਭਾ ਰਹੇ ਹੋ ਯਾਰ ਤੁਸੀਂ ਨੈਣਾ ਦੇਵੀ ਲੈ ਜਾ ਭਰਾ ਗੱਡੀ ਆਪਦੀ ਆ ਟਰੈਕਟਰ ਨੈਣਾ ਦੇਵੀ ਲੈ ਜਾਓ ਇੱਥੇ ਕੋਈ ਤੁਹਾਡਾ ਕੋਈ ਕੰਮ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੈਣਾ ਦੇਵੀ ਲੈ ਲਓ ਜੰਜੂ ਪਾ ਲਓ ਤਿਲਕ ਲਾ ਲਓ ਸਿਰਾਂ ਤੇ ਗੰਜ ਕਰਾ ਲਓ ਬੋਦੀਆਂ ਰੱਖ ਲਓ ਸ਼ਰਮ ਕਰੋ ਯਾਰ ਛੋਟੇ ਛੋਟੇ ਜਵਾਕਾਂ ਤੇ ਰੰਗ ਪਾਈ ਜਾਂਦੇ ਹੋ ਤੁਸੀਂ ਕਿਸੇ ਨੂੰ ਸਾਹ ਦੀ ਬਿਮਾਰੀ ਆ ਕੋਈ ਵਿਚਾਰਾ ਬਜ਼ੁਰਗ ਤੁਰਿਆ ਜਾਂਦਾ ਜਿਹੜੇ ਸਾਈਡ ਤੇ ਤੁਰੇ ਜਾਂਦੇ ਤੁਸੀਂ ਉਹਨਾਂ ਦੇ ਵੀ ਧੱਕੇ ਨਾਲ ਰੰਗ ਥੋਕੀ ਜਾਂਦੇ ਹੋ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬੂਨਾ ਪੱਕੜੀ ਚਿੜੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ ਰੋਕਿਆ ਸੀ ਸਾਡੇ ਗੁਰੂ ਨੇ ਇਹਨਾਂ ਚੀਜ਼ਾਂ ਤੋਂ ਆ ਪੀਣੀਆਂ ਦਸਤਾਰਾਂ ਮੰਨ ਕੇ ਕੋਈ ਸਿੱਖ ਨਹੀਂ ਸੱਜ ਜਾਂਦਾ ਜਿਵੇਂ ਤੁਸੀਂ ਯਾਰ ਬੰਨੀ ਫਿਰਦੇ ਹੋ ਉੱਪਰ ਰੰਗ ਠੋਕੀ ਜਾਂਦੇ ਹੋ ਇੱਧਰੋਂ ਗੱਡੀ ਆਉਂਦੀ ਆ ਉੱਧਰੋਂ ਗੱਡੀ ਆਉਂਦੀ ਆ ਇੱਧਰੋਂ ਟਰਾਲੀ ਆਉਂਦੀ ਆ ਇੱਕ ਦੂਜੇ ਦੇ ਉੱਪਰ ਰੰਗ ਤੇ ਰੰਗ ਫੇਰ ਰੰਗ ਤੇ ਰੰਗ ਤੁਸੀਂ ਉਹ ਛੋਟਾ ਜਿਹਾ ਜਵਾਕ ਬਿਠਾਇਆ ਗੋਦੀ 'ਚ ਯਾਰ ਕੀ ਸਿੱਖਿਆ ਦੇ ਰਹੇ ਹੋ ਤੁਸੀਂ ਉਹਨੂੰ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਜਾਵੇ ਕੋਈ ਗੱਲ ਬਣ ਜਾਵੇ ਫਿਰ ਤੁਸੀਂ ਚੀਕਾਂ ਮਾਰ ਦਿਓ ਸਾਡੇ ਜਵਾਕ ਨਾਲ ਏਦਾਂ ਹੋ ਗਿਆ ਸ਼ਰਮ ਕਰੋ ਯਾਰ ਆਹ ਸੰਗਰੂਰ ਤੋਂ ਨਹਿੰਗ ਸਿੰਘ ਫਿਰਦੇ ਆ ਸਾਨੂੰ ਰੋਕਦੇ ਵੀ ਸਾਡਾ ਤਿਉਹਾਰ ਨਹੀਂ ਤੁਸੀਂ ਫਿਰ ਵੀ ਚੀਕਾਂ ਮਾਰੀ ਜਾਂਦੇ ਹੋ ਸ਼ਰਮ ਕਰੋ ਯਾਰ ਸਾਡਾ ਤਿਉਹਾਰ ਨਹੀਂ ਸੀ ਇਹ ਸਾਡਾ ਤਿਉਹਾਰ ਨਹੀਂ ਸੀ ਜਿਹੜੇ ਤੁਸੀਂ ਲੱਗੇ ਹੋਏ ਹੋ ਨਾ ਇਹ ਸਾਡਾ ਤਿਉਹਾਰ ਨਹੀਂ ਸੀ ਤੁਸੀਂ ਸਿਰਾਂ ਤੇ ਦਮਾਲੇ ਸਜਾ ਸਜਾ ਕੇ ਲੱਗੇ ਹੋਏ ਹੋ ਯਾਰ ਧੱਕੇ ਨਾਲ ਰੰਗ ਪਾਈ ਜਾਂਦੇ ਹੋ ਯਾਰ ਕੋਈ ਸਾਈਡ ਤੇ ਤੁਰਿਆ ਜਾਂਦਾ ਭੈਣ ਤੁਰੀ ਜਾਂਦੀ ਆ ਮਾਂ ਤੁਰੀ ਜਾਂਦੀ ਆ ਤੁਸੀਂ ਉਹਦੇ ਉੱਤੇ ਰੰਗ ਮਾਰੀ ਜਾਂਦੇ ਹੋ ਸ਼ਰਮ ਕਰੋ ਯਾਰ ਮਾੜੀ ਮੋਟੀ ਨੈਣਾ ਦੇਵੀ ਚਲੇ ਜਾਓ ਨੈਣਾ ਦੇਵੀ ਉੱਥੇ ਜਾ ਕੇ ਪਾਓ ਨੈਣਾ ਦੇਵੀ ਵਗ ਜਾਓ ਬੋਦੀਆਂ ਰੱਖ ਲਓ ਬੋਦੀਆਂ ਸਿਰਾਂ ਦੇ ਉੱਪਰ ਤਿਲਕ ਲਾ ਲਓ ਜਿਨ੍ਹਾਂ ਦਾ ਤਿਉਹਾਰ ਸੀ ਉਹਨਾਂ ਦਾ ਮਨਾਓ ਜਾ ਕੇ ਉਹ ਨੈਣਾ ਦੇਵੀ ਚੜ੍ਹ ਜਾਓ ਸਿੱਧੇ ਹੀ ਤਾਂ ਨੂੰ ਤਰਲਾ ਯਾਰ ਬੇਨਤੀ ਆ ਤੁਹਾਡੇ ਅੱਗੇ ਸ਼ਰਮ ਕਰੋ ਤੇਰਾ ਅੰਮ੍ਰਿਤ ਛਕਿਆ ਯਾਰ ਕਿਰਪਾਨ ਉੱਪਰ ਦੀ ਪਈ ਆ ਸ਼ਰਮ ਕਰ ਮਾੜੀ ਮੋਟੀ ਇਤਿਹਾਸ ਪੜ੍ਹ ਲਾ ਉਹ ਭਰਾ ਮੇਰਿਆ ਇਤਿਹਾਸ ਪੜ੍ਹ ਲਾ ਅੱਗੇ ਜਾ ਕੇ ਪਹਿਲਾਂ ਰੰਗ ਪਾਈ ਜਾਂਦਾ ਉੱਪਰ ਸ਼ਰਮ ਦਾ ਘਾਟਾ ਤੁਹਾਨੂੰ ਕਾਹਦੀ ਸਿੱਖੀ ਨਿਭਾ ਰਹੇ ਹੋ ਯਾਰ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਅਨੰਦਪੁਰ ਸਾਹਿਬ ਤੋਂ ਜਿਹੜੇ ਚੀਜ਼ਾਂ ਨੇ ਰੋਕਿਆ ਉਹੀ ਚੀਜ਼ਾਂ ਤੁਸੀਂ ਕਰੀ ਜਾਂਦੇ ਹੋ ਸ਼ਰਮ ਨਹੀਂ ਆਉਂਦੀ ਯਾਰ ਤੁਹਾਨੂੰ ਫਿਰ ਤੁਸੀਂ ਕਹਿੰਦੇ ਹੋ ਅਸੀਂ ਬੋਲਦੇ ਹਾਂ ਨਿਹੰਗ ਸਿੰਘ ਚੰਗੇ ਵੀ ਫਿਰਦੇ ਨੇ ਕੁਝ ਵਿਚਾਰੇ ਜਿਹੜੇ ਤੁਹਾਨੂੰ ਰੋਕਦੇ ਫਿਰਦੇ ਨੇ ਤਰਲੇ ਕਰਦੇ ਨੇ ਤੁਹਾਡੇ ਅੱਗੇ ਯਾਰ ਨਾ ਰੰਗ ਪਾਓ ਤੁਸੀਂ ਉਹਨਾਂ ਦੇ ਚੋਲਿਆਂ ਤੇ ਧੱਕੇ ਨਾਲ ਰੰਗ ਪਾਈ ਜਾਂਦੇ ਹੋ ਆਹ ਸੰਗਰੂਰ ਤੋਂ ਫਿਰਦੇ ਨੇ ਨੌਜਵਾਨ ਮਿਲ ਕੇ ਆਇਆ ਮੈਂ ਉਹਨਾਂ ਨੂੰ
ਫਿਰ ਤੁਸੀਂ ਕਹਿੰਦੇ ਨਿਹੰਗ ਸਿੰਘ ਧੱਕਾ ਕਰਦੇ ਨੇ, ਸ਼ਰਮ ਨੀ ਹੈਗੀ ਯਾਰ ਬਾਈ ਜੀ? ਜਿਹੜੀ ਅਸੀਂ ਕਿਸੇ ਗੁਰੂ ਸਾਹਿਬ ਦੇ ਲੱਗੇ ਹੋਏ ਕਰੀ ਜਾਂਦੇ ਆ ਯਾਰ, ਇੱਥੇ ਬੋਲੀ ਦੀ ਜਗ੍ਹਾ ਤੇ ਮਨ ਏਡਾ ਮਹਾਨਾ ਦਿੱਤਾ ਸੀ ਗੁਰੂ ਸਾਹਿਬ ਨੇ, ਸ਼ਾਸਤਰ ਵਿਦਿਆ ਸਿੱਖ ਲਓ, ਗੁਰਬਾਣੀ ਪੜ੍ਹਨ ਦਾ ਮਰ ਜਾਓ, ਨੀਲੇ ਝੰਡੇ ਲਾਏ ਨੇ, ਪੀਲੇ ਝੰਡੇ ਲਾਏ ਨੇ, ਤੁਸੀਂ ਮੂੰਹ ਸਿਰ ਦਿੱਲੀ ਨੇ ਯਾਰ ਉਹਨੇ ਵਾਰੀ ਨਾ ਆਇਆ ਕਰੋ ਯਾਰ, ਸਾਡੀ ਭੇਡਾਂ ਥੋੜੀ ਚਾਹੀਦੀਆਂ ਨੇ ਸਿੱਖੀ 'ਚ, ਸਾਨੂੰ ਯਾਰ ਭੇਡਾਂ ਥੋੜੀ ਸਿੱਖੀ 'ਚ ਚਾਹੀਦੀਆਂ ਨੇ, ਸਾਨੂੰ ਪੰਜ ਚਾਰ ਮਨਜੀਵੜੇ ਹੀ ਚਾਹੀਦੇ ਨੇ, ਬਹੁਤ ਨੇ, ਜਲੂਸ ਕਿੰਨਾ ਲੱਗੇ ਹੋ ਯਾਰ ਤੁਸੀਂ ਸਿੱਖੀ ਦਾ ਦੱਸ, ਸ਼ਾਸਤਰ ਵਿਦਿਆ ਸਿਖਾਈ ਸਾਨੂੰ, ਉਹ ਕੋਈ ਚੰਗੇ ਗੁਰਬਾਣੀ ਪੜ੍ਹ ਲਓ, ਕੋਈ ਅਰਥ ਸਿੱਖ ਲਓ, ਉਹ ਮਰ ਜਾਓ ਕੋਈ ਚੰਗੀਆਂ ਸਿੰਘ ਚੀਜ਼ਾਂ ਸਿੱਖ ਲਓ ਯਾਰ, ਤੁਸੀਂ ਕਿੱਧਰਲੇ ਪਾਸੇ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਨੇ, ਮਾਵਾਂ ਭੈਣਾਂ ਤੁਰੀਆਂ ਫਿਰਦੀਆਂ, ਰੰਗ ਪਾਈ ਜਾਂਦੇ ਹੋ ਯਾਰ ਉਹਨਾਂ ਤੇ, ਆਹ ਦੇਖ ਲਓ ਮਡੀਲ ਤੁਸੀਂ ਫਿਰਦੀ, ਇਹ ਆਈ ਹੈ ਇੱਥੇ ਸਿੱਖੀ ਨਵਾਉਣ, ਆਹ ਕੋਈ ਹੈ ਇਹਨਾਂ ਦੇ ਵਿੱਚੋਂ? ਉਹ ਯਾਰ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਤੋਂ ਰੋਕਿਆ ਭਰਾ ਕਰਿਆ, ਉਹ ਵੀ ਚੀਜ਼ਾਂ ਕਰੀ ਜਾਂਦੇ ਹੋ ਤੁਸੀਂ, ਦੱਸ ਕਿੰਨੀਆਂ ਗਲਾੜਤਾਂ ਪਾਈ ਜਾਈਏ, ਸਵੇਰ ਦੇ ਲੱਗੇ ਹੋਏ ਆ, ਆਹ ਵੀਰ ਅਤੇ ਜਲ ਜੀਰੇ ਵਾਲੇ ਬੋਲੀ ਜਾਂਦੇ ਆ, ਉਹ ਪਾਣੀ 'ਚ ਰੰਗ ਪੈਂਦਾ, ਹੱਥ ਜੋੜ ਲੈਂਦੇ ਆ, ਉਹ ਹੱਥ ਜੋੜਦੇ ਆ, ਪਾਣੀ 'ਚ ਰੰਗ ਪੈਂਦਾ ਨਾ ਪਾਓ, ਪਰ ਕਹਿਣ ਵੀ ਯਾਰ ਤੁਸੀਂ ਫਿਰ ਕਿਹੜਾ, ਸਾਡੀਆਂ ਅੱਖਾਂ ਖਰਾਬ ਹੋ ਗਈਆਂ, ਸਾਡਾ ਬੱਚੇ ਨਾ ਸਾਡੇ ਨਾ ਆਏ ਹੋ ਗਈ, ਸਾਡੇ ਬਜ਼ੁਰਗ ਦਾ ਸਾਹ ਚੜ੍ਹਦਾ, ਕੀ ਕਰਨ ਆਏ ਹੋ ਯਾਰ ਤੁਸੀਂ? ਨਾ ਆਓ ਯਾਰ, ਕੋਈ ਲੋੜ ਨਹੀਂ ਅਨੰਦਪੁਰ ਸਾਹਿਬ ਦੀ, ਤੁਹਾਡੀ ਤੁਹਾਡੀ ਲੋੜ ਨਹੀਂ ਇੱਥੇ ਆਉਣ ਦੀ ਯਾਰ, ਨੈਣਾ ਦੇਵੀ ਚਲੇ ਜਾਓ, ਨੈਣਾ ਦੇਵੀ ਵਗ ਜਾਓ, ਉੱਥੇ ਚਲੇ ਜਾਓ, ਨੈਣਾ ਦੇਵੀ ਤੁਹਾਡਾ ਤਿਆਰ ਸੀ, ਉੱਥੇ ਜਾਓ ਮਰੋ ਜਾ ਕੇ, ਇੱਥੇ ਕੋਈ ਸਾਡੇ ਗੁਰੂ ਨੇ ਸ਼ਾਸਤਰ ਵਿਦਿਆ ਵਾਰ ਲਾਇਆ ਸਾਨੂੰ, ਰੰਗਾਂ ਤੋਂ ਰੋਕਿਆ ਸਾਡੇ ਗੁਰੂ ਨੇ ਸਾਨੂੰ, ਸਾਡੇ ਸਿੱਖ ਹੀ ਕਰੀ ਜਾਂਦੇ ਆ ਯਾਰ, ਲਾਹਣਤਾ ਤੁਹਾਡੇ ਤੇ, ਹਰੇਕ ਵਾਰ ਬੋਲ ਬੋਲ ਕੇ ਚਲੇ ਜਾਈਦਾ, ਕਦੇ ਕਿਸੇ ਜਥੇਦਾਰ ਦਾ ਬਿਆਨ ਨਹੀਂ ਆਇਆ ਵੀ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ, ਕੇਸਗੜ੍ਹ ਸਾਹਿਬ ਜਥੇਦਾਰ ਕਿੰਨੇ ਹੋ ਕੇ ਚਲੇ ਗਏ ਨੇ, ਕਦੇ ਇੱਕ ਵੀ ਕਿਸੇ ਨੇ ਬਿਆਨ ਨਹੀਂ ਦਿੱਤਾ ਵੀ ਇਸ ਵਾਰ ਰੰਗਾਂ ਨਾਲ ਜਿਹੜੀ ਆ ਹੋਲੀ ਨਹੀਂ ਖੇਡੀ ਜਾਊਗੀ, ਹੋਲਾ ਮਹੱਲਾ ਰੰਗਾਂ ਦੇ ਨਾਲ ਨਹੀਂ ਹੋਊਗਾ, ਕਦੇ ਜਥੇਦਾਰ ਨਹੀਂ ਬੋਲਿਆ ਕੋਈ, ਕਈ ਜਥੇਦਾਰ ਹੋ ਕੇ ਚਲੇ ਗਏ, ਮਰ ਗਏ, ਮਰਿਆ ਹੋਇਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਥੇਦਾਰਾਂ ਦੀਆਂ ਉੱਥੇ ਚੜ੍ਹਾਈਆਂ ਤੇ, ਕਦੇ ਕੋਈ ਜਥੇਦਾਰ ਨਹੀਂ ਬੋਲਿਆ ਇੱਥੇ ਦਾ ਕੇਸਗੜ੍ਹ ਸਾਹਿਬ ਦਾ ਵੀ ਇਸ ਵਾਰ ਜਿਹੜਾ ਹੋਲਾ ਮਹੱਲਾ ਆਊਗਾ ਰੰਗਾਂ ਦੇ ਨਾਲ ਨਹੀਂ ਮਨਾਇਆ ਜਾਊਗਾ, ਪਰ ਲੱਗੇ ਹੋਏ ਨੇ, ਕੌਣ ਸਮਝਾਵੇ ਯਾਰ ਇਹਨਾਂ ਨੂੰ, ਜਿਹੜੀਆਂ ਚੀਜ਼ਾਂ ਤੋਂ ਰੋਕਿਆ ਉਹੀ ਚੀਜ਼ਾਂ ਕਰੀ ਜਾਂਦੇ ਹੋ, ਕਾਹਦੀ ਸਿੱਖੀ ਹੈ ਯਾਰ ਤੁਹਾਡੀ ਇਹ, ਜਿਨ੍ਹਾਂ ਦਾ ਤਿਉਹਾਰ ਸੀ ਯਾਰ ਮਨਾਈ ਜਾਣ, ਉਹ ਸਾਡੇ ਲਈ ਤਾਂ ਕਾਲਾ ਦਿਨ ਮਰ ਦਿਓ ਇੱਕ ਦੂਜੇ ਦੇ ਮੂੰਹਾਂ ਤੇ, ਜਿਨ੍ਹਾਂ ਦਾ ਸੀ ਮਨਾਉਣ ਯਾਰ ਦਫਾ ਹੋਣ, ਮਾਵਾਂ ਤੇ ਪਾਈ ਜਾਂਦੇ ਨੇ, ਬੱਚਿਆਂ ਤੇ ਪਾਈ ਜਾਂਦੇ ਨੇ, ਕਈਆਂ ਕਲੀਆਂ ਤੁਰੀਆਂ ਫਿਰਦੀਆਂ ਨੇ ਔਰਤਾਂ, ਉਹਨਾਂ ਤੇ ਰੰਗ ਪਾਈ ਜਾਂਦੇ ਨੇ ਯਾਰ ਧੱਕੇ ਨਾਲ, ਕੀ ਕਰਨਾ ਉਹਨੇ ਯਾਰ ਇੱਥੇ ਸ਼ੁਕਲਾ ਕਰਨਾ ਉਹਨੇ, ਤੁਸੀਂ ਉਹ ਦੇਖੋ ਸ਼ਰਮ ਨਹੀਂ ਹੈਗੀ, ਉਹ ਦੱਸਦਾ